नमस्कार, स्वागत आपका के हरियाणा पे। मैं हूँ आपके साथ रमेश जाखड़ और इस वक्त मैं मौजूद हूँ टिकरी बॉर्डर पे। यहाँ टिकरी बॉर्डर पे आपको मैं तस्वीरें दिखाना चाहूँगा एक बार कि यहाँ पे सिरसा जिले के लोगों के द्वारा, सिरसा जिला के किसानों के द्वारा लंगर जो है यहाँ पे लगाया हुआ है। आप तस्वीरें देख सकते हैं सामने, यहाँ पे जो किसान है आने जाने वाले हैं वो यहाँ पे लंगर का प्रसाद जो है वो ग्रहण कर रहे हैं। चलिए, यहाँ पे इस लंगर के जो प्रधान है वो हमारे साथ मौजूद है, यहाँ पे इनसे बातचीत करते हैं। भाई साहब, कितने दिन हो गए आपको यहाँ पे लंगर? 27 से स्टार्ट है यहाँ पे। हाँ जी, 26 को यहाँ पे आए थे, 27 को पहुँच गए थे सुबह 10 बजे। हाँ जी, तो लगातार लंगर लगातार चल रहे। ज्यादा यहाँ पे किसान आते हैं या आसपास कोई भी आए, जहाँ लोकल आए, जो कोई भी आए, यूपी का है, हम कुछ किसी से कुछ नहीं पूछते। कोई भी हो, जो अंदर आएगा उसको खाना मिलेगा, कोई भी हो, चाहे रात को कोई 12 बजे आ जाए, हम उसको भी बना के देते हैं खाना। इसमें सहयोग किस किस का है, कौन कौन से गांव का है या कौन? इसमें कम सिरसा जिला के कम से कम आई थिंक 10-11 गाँव है। हाँ ठीक है, सिरसा जिला के और भी लंगर लगे हुए हैं, आगे पीछे हैं काफी। हाँ जी, सिरसा जिले की अच्छी खासी काफी काफी है। बाबा जी, आप क्या कहना चाहोगे मोदी सरकार को कानूनों के बारे में? साढ़े कानून वापस करे, बैठे करे मारे असि है, साढ़े हक है। अच्छा, जायदाद असि किवें दे दईए इहनू? प्योदादा दी खानदान है, ये कुर्सी नहीं छड़दा, आपकी कुर्सी नहीं छड़दा, ये वड्डे खानदान दे मगर लग गया सी जायदाद तक छड़ गए। साडी देन है प्योदादियां दी, इह तां है कि नहीं? मोदी ने क्या कि गुरुद्वारे जाके अरदास कीती है, ते ओह अरदास बारे तुसीं की? ਐਵੇਂ ਕੁਛ ਹੀ ਢੰਗ ਕਰੀ ਜਾਵੇ, ਕੁਛ ਨਹੀਂ, ਐਵੇਂ ਅਰਦਾਸਾਂ ਗਲਤ ਹੈ ਇਹਦੀਆਂ। ਜਦੋਂ ਸਾਡੇ ਭਾਈਚਾਰੇ ਨਾਲ ਤਾਂ ਵਿਰੋਧ ਪਾ ਰੱਖਿਆ, ਤਾਂ ਫਿਰ ਸਾਡੇ ਗੁਰੂ ਘਰ ਕੀ ਲੈਣਗੇ ਇਹ ਤਾਂ ਹੈ ਕਿ ਨਹੀਂ? ਕੀ ਕਹਿਣਾ ਚਾਹੋਗੇ ਤੁਸੀਂ ਮੋਦੀ ਨੂੰ? ਮੋਦੀ ਨੂੰ ਇਹ ਨੇ ਵੀ ਸਾਡੇ ਕਾਨੂੰਨ ਵਾਪਸ ਕਰ, ਹੋਰ ਕੀ ਕਰਨਾ ਅਸੀਂ? ਕਿੰਨਾ ਤੱਕ ਬੈਠੇ ਰਹੋਗੇ? ਅਸੀਂ ਹਲਦੇ ਹੀ ਨਹੀਂ, ਅਸੀਂ ਤਾਂ ਜਮਾਂ ਆਜ਼ਾਦ ਹੋ ਕੇ ਆਏ ਹਾਂ ਘਰੋਂ। ਹਾਂ, ਕਰਦੇ ਉਡੀਕਦੇ ਨਹੀਂ, ਫੋਨ ਚੱਕੇ ਨਹੀਂ, ਅਸੀਂ ਫੋਨ ਵੀ ਨਹੀਂ ਚੱਕਦੇ ਘਰਦਿਆਂ ਦਾ। ਉਹਦੇ ਜਿੱਦੇ ਕੋਈ ਮਰ ਗਏ ਆਪੇ ਲੈ ਜਾਣਗੇ ਭਾਈ, ਜਾਂ ਇੱਥੇ ਦਾਗ ਲਾ ਦੇਣਗੇ, ਕੀ ਹੋ ਜੂ? ਇੱਕ ਦਿਨ ਤਾਂ ਮਰਾਂਗੀ, ਆਹ ਤਾਂ ਹੈ ਨਾ, ਯਾਦ ਨਹੀਂ? ਨਾ ਨਾ, ਕੋਈ ਯਾਦ ਨਹੀਂ, ਘਰਦੇ ਆਖ ਕੇ ਆਏ ਹਾਂ ਵੀ ਨਾ ਤਾਂ ਸਾਨੂੰ ਯਾਦ ਕਰਿਓ ਅਤੇ ਨਾ ਅਸੀਂ ਕਰਕੇ, ਇੱਦਾਂ ਮੁਕਾ ਕੇ ਆਏ ਹਾਂ ਫੈਸਲੇ। ਹਾਂ, ਚੰਗੇ ਸੀ ਇੱਥੇ? ਚੰਗੇ ਇੱਥੇ ਹੀ ਚੰਗੇ ਹੈ, ਮਰਨਾ ਉੱਥੇ ਵੀ ਹੈ, ਮਰਨਾ ਇੱਥੇ ਵੀ ਹੈ, ਫਿਰ ਇੱਥੇ ਹੀ ਚੰਗੇ ਹੈ। ਹੱਕ 'ਤੇ ਤਾਂ ਮਰ ਜਾਈਏ, ਕੋਈ ਊਂ ਗੈਰ ਬਰਾਂਟਾਂ ਤਾਂ ਨਾ ਮਰ ਗਏ, ਇਹਦੀ ਚੋਰੀ ਕਰਦੇ ਤਾਂ ਨਾ ਮਰ ਗਏ, ਇੱਥੇ ਹੱਕ 'ਤੇ ਤਾਂ ਮਰ ਜਾਂਗੇ। ਐਂ ਤਾਂ ਹੋ ਜਾਊ ਵੀ ਚੱਲ ਸਾਡਾ ਪਿਓ ਦਾਦਾ ਮਰਿਆ ਸੀ ਕਿਤੇ, ਹੈਂ, ਪਹਿਲਾਂ ਕਿਹੜਾ ਸਾਡੇ ਸ਼ਹੀਦ ਨਹੀਂ ਹੋਏ ਲੋਕ? 1947 'ਚ ਸਾਨੂੰ ਗੋਰਿਆਂ ਤੋਂ ਆਜ਼ਾਦੀ ਮਿਲੀ ਸੀ, ਪੰਜਾਬ ਦਿੱਤਾ ਨਹੀਂ ਨਾ, 1966 'ਚ ਪੰਜਾਬ ਦਿੱਤਾ ਹੈ, 20 ਸਾਲ ਸੰਘਰਸ਼ ਚੱਲਿਆ ਆਹ ਪੰਜਾਬੀ ਸੂਬਾ ਲੈਣ ਵਾਸਤੇ। ਉਹੀ ਪੰਜਾਬੀ ਅੱਜ ਪੂਰੇ ਭਾਰਤ ਦੇ ਲੋਕਾਂ ਨੂੰ ਆਜ਼ਾਦ ਕਰਾਉਣਗੇ। ਅਸੀਂ ਇਕੱਲੇ ਆਪਦੇ ਵਾਸਤੇ ਨਹੀਂ ਲੜਦੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ, ਪੂਰੀ ਦੁਨੀਆ, ਭਾਰਤ ਵੀ ਨਹੀਂ ਪੂਰੀ ਦੁਨੀਆ, ਅਸੀਂ ਉਹ ਲੋਕ ਹਾਂ। ਅਸੀਂ ਆਹ ਜਿੰਨੇ ਸੂਬੇ ਨੇ, ਕੋਈ ਯੂਪੀ ਆ, ਬੰਗਾਲ ਹੈ, ਬਿਹਾਰ ਹੈ, ਮਹਾਰਾਸ਼ਟਰ ਹੈ, ਉਹ ਸਾਰੇ ਲੋਕਾਂ ਨੂੰ, ਸਾਰੇ ਕਿਸਾਨਾਂ ਨੂੰ ਇਹ ਸਵਾਮੀਨਾਥਨ ਰਿਪੋਰਟ ਦਾ ਜਾਂ ਜਿੰਨੇ ਕੋਈ ਹੋਰ ਹੱਕ ਨੇ, ਆਹ ਜਿਹੜਾ ਦਰਾਜ ਚੱਲ ਰਿਹਾ, ਤਾਨਾਸ਼ਾਹੀ, ਭ੍ਰਿਸ਼ਟਾਚਾਰੀ, ਜਿਹੜਾ ਕਹਿੰਦਾ ਸਾਡੇ ਗੁਰੂ ਗ੍ਰੰਥ ਸਾਹਿਬ ਨੂੰ ਮਿਟਿਆ ਦੂੰਗਾ, ਅਸੀਂ ਬੰਦਰ ਬਣਾ ਲਾਂਗੇ, ਅਸੀਂ ਮਨੂਵਾਦ ਲਾਗੂ ਕਰ ਦਾਂਗੇ, ਅਸੀਂ ਸੰਘਰਸ਼ਾਂ 'ਚੋਂ ਨਿਕਲੇ ਹੋਏ ਹਾਂ, ਗੁਰੂ ਗੋਬਿੰਦ ਸਿੰਘ ਦੇ ਪੁੱਤ ਹੈ, ਅਸੀਂ ਉਹਨਾਂ ਦੇ ਵਾਰਸ ਹਾਂ, ਨਲੂਏ ਵਰਗਿਆਂ ਦੇ, ਸਰਾਭੇ ਵਰਗਿਆਂ ਦੇ, ਨਾ ਅਸੀਂ ਜੀਨ ਮੰਨੀਏ ਨਾ ਮੰਨੀਏ, ਬਸ। ਹਾਂਜੀ, ਜੰਗ ਭਾਵੇਂ ਸਾਨੂੰ। ਚਲੀਏ, ਸ਼ੁਕਰੀਆ ਬਾਤਚੀਤ ਕੇ ਲੀਏ। ਤੋ ਯਹਾਂ ਪੇ ਸੀਧਾ ਸੀਧਾ ਸਰਕਾਰ ਕੋ ਚੇਤਾਵਨੀ ਦੇ ਦੀ ਹੈ ਕਿਸਾਨੋ ਨੇ ਕਿ ਇਹ ਜਬ ਤੱਕ ਜੋ ਕਾਨੂੰਨ ਵਾਪਿਸ ਨਹੀਂ ਲੈ ਲੈਤੀ ਸਰਕਾਰ, ਤਬ ਤੱਕ ਜੋ ਹੈ ਵੋ ਯਹਾਂ ਸੇ ਉੱਠਨੇ ਵਾਲੇ ਨਹੀਂ ਹੈ। ਘਰ ਸੇ ਜੋ ਹੈ ਫ੍ਰੀ ਹੋ ਕਰਕੇ ਆਏ ਹੈ, ਬਿਲਕੁਲ ਆਪਣਾ ਖਾਣੇ ਪੀਣੇ ਕਾ ਸਮਾਨ ਜੋ ਵੋ ਲੈ ਕਰਕੇ ਆਏ ਹੈ, ਵੋ ਸਮਾਨ ਅਭੀ ਇਨਕਾ ਪੜਾ ਹੁਆ ਹੈ। ਅਭੀ ਤੱਕ ਜੋ ਹੈ ਹਰਿਆਣਾ ਕੇ ਜੋ ਕਿਸਾਨ ਇਨਕੀ ਸੇਵਾ ਮੇਂ ਲਗੇ ਹੋਏ ਹੈ, ਵਹੀ ਨਹੀਂ ਖਤਮ ਹੋ ਰਹਾ। ਤੋ ਇਨਕਾ ਤੋ 6 ਮਹੀਨੇ 7 ਮਹੀਨੇ ਕਾ ਜੋ ਰਾਸ਼ਨ ਲੈ ਕਰਕੇ ਚਲੇ ਥੇ ਵੋ ਐਸੇ ਕਾ ਐਸੇ ਪੜਾ ਹੁਆ ਹੈ। ਤੋ ਐਸੇ ਮੇਂ ਸਰਕਾਰ ਕੇ ਸਾਹਮਣੇ ਸਭਸੇ ਬੜੀ ਚੁਣੌਤੀ ਹੈ ਕਿ ਕਿਆ ਸਰਕਾਰ ਕਿਸਾਨੋ ਕੀ ਮਾਂਗੋ ਕੋ ਮਾਨੇਗੀ ਯਾ ਫਿਰ ਆਪਣੀ ਹੀ ਹੱਥ ਧਰਮਿਤਾ ਪੇ ਅੜੀ ਰਹਤੀ ਹੈ, ਯੇ ਆਨੇ ਵਾਲਾ ਵਕਤ ਬਤਾਏਗਾ। ਕੈਮਰਾ ਸਹਿਯੋਗੀ ਸੰਪਤ ਕੇ ਸਾਥ ਰਮੇਸ਼ ਜਾਖੜ ਕੇ ਹਰਿਆਣਾ। ਨਿਊ ਦੁਰਗਾ ਜਵੈਲਰ ਸਿਰਸਾ, ਖਾਰੀਆ ਵਾਲੇ ਪ੍ਰਭੂ ਜੀ ਸੋਨੀ ਵ ਪੀਲੀ ਮੰਦੋਰੀ ਵਾਲੇ ਸੱਜਣ ਸੋਨੀ ਕਾ ਭਾਰਤ ਸਰਕਾਰ ਦੁਆਰਾ ਮਾਨਤਾ ਪ੍ਰਾਪਤ ਮਸ਼ਹੂਰ ਹਾਲਮਾਰਕ ਜਵੈਲਰੀ ਸ਼ੋਰੂਮ, ਨਿਊ ਦੁਰਗਾ ਜਵੈਲਰਸ, ਪਰਸ਼ੁਰਾਮ ਚੌਕ, ਸਿਰਸਾ। ਅਧਿਕ ਜਾਣਕਾਰੀ ਕੇ ਲਈ ਸੰਪਰਕ ਕਰੇ 9813932001 या 9466697217।